ਮਾਸਟਰ ਕੈਡਰ ਦੀ ਤਿਆਰੀ ਕਰ ਰਹੇ ਸਾਰੇ ਵਿਦਿਆਰਥੀਆਂ ਦਾ ਸਵਾਗਤ ਹੈ ਮੇਰੇ YouTube ਚੈਨਲ ਸਾਇਤਿਕ ਜਾਣਕਾਰੀ ਤੇ ਅੱਜ ਦੇ ਇਸ ਵੀਡੀਓ ਵਿੱਚ ਆਪਾਂ surjit patar ਬਾਰੇ ਪੜਾਂਗੇ surjit patar ਇੱਕ ਪੰਜਾਬੀ ਸ਼ਾਇਰ ਹਨ ਤੇ ਉਹਨਾਂ ਨੇ 1960 ਵਿੱਚ ਆਪਣੀਆਂ ਕਵਿਤਾਵਾਂ ਪ੍ਰਕਾਸ਼ਿਤ ਕਰਨੀਆਂ ਸ਼ੁਰੂ ਕੀਤੀਆਂ ਤੇ ਅੱਜ ਤੱਕ ਨਿਰੰਤਰ ਕਾਵ ਸਿਰਜਣਾ ਵਿੱਚ ਕਰਮਸ਼ੀਲ ਹਨ ਸਮਾਜ ਵਿੱਚ ਰਾਜਨੀਤਿਕ ਚੇਤਨਾ ਤੇ ਤਤਕਾਲੀ ਜ਼ਬਰ ਦੇ ਵਿਰੋਧ ਦੇ ਰੂਪ ਵਿੱਚ ਉਹਨਾਂ ਦੀ ਕਵਿਤਾ ਸਾਹਮਣੇ ਆਉਂਦੀ ਹੈ ਤੇ ਸਰਜੀਤ ਪਾਤਰ ਜੀ ਬਾਰੇ ਦੇਖੋ ਆਪਾਂ ਇੱਥੇ ਮੈਂ ਮੇਨ ਮੇਨ ਗੱਲਾਂ ਹੀ ਤੁਹਾਨੂੰ ਦੱਸਾਂਗੀ ਇਹਨਾਂ ਬਾਰੇ ਜਿਹੜਾ ਜਿਹੜਾ ਕੁਝ ਕਿ ਪੇਪਰ ਦੇ ਵਿੱਚ ਆ ਸਕੇ ਵੈਸੇ ਦੱਸਣ ਨੂੰ ਤਾਂ ਹੋਰ ਬਹੁਤ ਕੁਝ ਆ ਪਰ ਮੇਨ ਜਿੰਨੇ ਕੁਐਸਚਨ ਜਿਸ ਤਰ੍ਹਾਂ ਦੇ ਪੇਪਰ ਦੇ ਵਿੱਚ ਆਉਂਦੇ ਆ ਉਹਦੇ ਅਕੋਰਡਿੰਗ ਹੀ ਤੁਹਾਨੂੰ ਮੈਂ ਇੱਥੇ ਪੜ੍ਹਾਵਾਂਗੀ ਜਨਮ ਹੋਇਆ ਉਹਨਾਂ ਦਾ ਦੇਖੋ 14 ਜਨਵਰੀ 1945 ਈਸਵੀ ਨੂੰ ਪੱਤੜਕਲਾਂ ਜ਼ਿਲ੍ਹਾ ਝਲੰਦਰ ਦੇ ਵਿੱਚ ਹਵਾ ਵਿੱਚ ਲਿਖੇ ਹਰਫ ਉਹਨਾਂ ਦੀਆਂ ਵੱਡੀਆਂ ਰਚਨਾਵਾਂ ਦੇ ਵਿੱਚ ਗਿਣੀ ਜਾਂਦੀ ਹੈ ਇਹ ਰਚਨਾ ਕਿਤਾ ਉਹਨਾਂ ਦਾ ਦੇਖੋ ਅਧਿਆਪਨ ਤੇ ਸਾਹਿਤਕਾਰੀ ਦਾ ਤੇ ਵਿਦਾ ਗਜ਼ਲ ਤੇ ਨਜ਼ਮ ਠੀਕ ਹੈ ਨਜ਼ਮਾਂ ਲਿਖਦੇ ਆ ਉਹ ਤੇ ਗਜ਼ਲਾਂ ਲਿਖਦੇ ਆ ਸਨਮਾਨ ਮਿਲੇ ਜਿਹੜੇ ਜਿਹੜੇ ਦੇਖੋ 1993 ਵਿੱਚ ਹਨੇਰੇ ਵਿੱਚ ਸੁਲਗਦੀ ਵਰਨਮਾਲਾ ਲਈ ਸਾਹਿਤਕ ਆਦਮੀ ਪੁਰਸਕਾਰ ਮਿਲਿਆ ਤੇ ਲਫ਼ਜ਼ਾਂ ਦੀ ਦਰਗਾਹ ਲਈ ਸਰਸਵਤੀ ਸਨਮਾਨ ਮਿਲਿਆ ਉਹਨਾਂ ਨੂੰ ਤੇ 1999 ਵਿੱਚ ਭਾਰਤੀ ਭਾਸ਼ਾ ਪ੍ਰਸ਼ਦ ਕਲਕੱਤਾ ਵੱਲੋਂ ਸਨਮਾਨ 2012 ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਡਾਕਟਰ ਆਫ ਫਿਲਾਸਫੀ ਪੰਚਨਤ ਪੁਰਸਕਾਰ ਮਿਲਿਆ ਆਨਰਸ ਕਾਜ਼ਾ ਦੀ ਉਪਾਧੀ ਦੇ ਨਾਲ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਤੇ 2012 ਵਿੱਚ ਭਾਰਤ ਦੇ ਸਰਵ ਉੱਚ ਰਾਸ਼ਟਰੀ ਸਨਮਾਨਾਂ ਵਿੱਚੋਂ ਇੱਕ ਜਿਹੜਾ ਹੈਗਾ ਪਦਮ ਸ਼੍ਰੀ ਅਵਾਰਡ ਉਹਨਾਂ ਨੂੰ ਮਿਲਿਆ surjit patar ਦੀ ਕਾਵ ਰਚਨਾ ਦੇ ਆਰੰਭਿਕ ਸਰੋਕਾਰ ਪ੍ਰਸਿੱਧ ਕਵੀ ਤੇ ਸ਼ਾਇਰ surjit patar ਦੀ ਕਾਵ ਰਚਨਾ ਦਾ ਆਰੰਭਿਕ ਪੜਾ ਉਹਨਾਂ ਦੀ ਪਹਿਲੀ ਪੁਸਤਕ ਹਵਾ ਵਿੱਚ ਲਿਖੇ ਹਰਫ ਤੋਂ ਸ਼ੁਰੂ ਹੁੰਦਾ ਹੈ ਇਸੇ ਕਾਰਨ ਇਸ ਪੜਾਅ ਤੇ ਉਹਨਾਂ ਦੀ ਕਾਵ ਰਚਨਾ ਕਵੀ ਦੇ ਵजूद ਕਵਿਤਾ ਦੀ ਸਵੀਕ੍ਰੇਤੀ ਸੁਚੇਤ ਤੇ ਅਚੇਤ ਤੇ ਅਨੁਭਵ ਤੇ ਵਿਚਾਰਧਾਰਾ ਵਿਚਲੇ ਦਵੰਦਾਂ ਬਾਰੇ ਉਹਨਾਂ ਦੇ ਪ੍ਰਭਾਵ ਪ੍ਰਭਾਵਵਾਦੀ ਧਰਾਤਰ ਤੇ ਵਿਸਥੇ ਹਨ ਟੀਵੀ ਤੇ ਫਿਲਮਾਂ ਦੇਖੋ ਪੰਜਾਬੀ ਫੀਚਰ ਫਿਲਮ ਸ਼ਹੀਰ ਉਦਮ ਸਿੰਘ ਦੇ ਡਾਇਲੌਗ ਲਿਖੇ ਇਹਨਾਂ ਨੇ ਤੇ ਇਸ ਦੇ ਇਲਾਵਾ ਆਪ ਦੀ ਮਖਮਲੀ ਆਵਾਜ਼ ਵਿੱਚ ਇੱਕ ਟੇਪ ਬਿਰਖੋ ਜੋ ਸਾਜ ਹੈ ਵੀ ਆਈ ਮਖਮਲੀ ਆਵਾਜ਼ ਦੇਖੋ ਬਹੁਤ ਹੀ ਜ਼ਿਆਦਾ ਕੋਮਲ ਆਵਾਜ਼ ਬਹੁਤ ਹੀ ਸੋਹਣੀ ਆਵਾਜ਼ ਦੇ ਵਿੱਚ ਇਹ ਗਾਉਂਦੇ ਆ ਜਿਹਦੇ ਵਿੱਚ ਕਿ ਬਿਰਖ ਜੋ ਸਾਜ਼ ਹੈ ਉਹ ਆਈ ਹੈ ਉਹਨਾਂ ਦੀ ਕਾਵ ਸੰਗ੍ਰਹਿ ਦੇਖੋ ਇਹਨਾਂ ਦੇ ਹਵਾ ਵਿੱਚ ਲਿਖੇ ਹਰਫ ਪਹਿਲਾਂ ਗੱਲ ਕਰ ਚੁੱਕੇ ਆ ਆਪਾਂ ਅੱਗੇ ਬਿਰਖ ਅਰਜ਼ ਕਰੇ ਹਨੇਰੇ ਵਿੱਚ ਸੁਲਗਦੀ ਵਰਨਮਾਲਾ ਲਖਜ਼ਾਂ ਦੀ ਦਰਗਾਹ ਪੱਤਛੜ ਦੀ ਪਾਜ਼ੇ ਸੁਰ ਜ਼ਮੀਨ ਤੇ ਚੰਨ ਸੂਰਜ ਦੀ ਵੰਗੀ ਇਹ ਇਹਨਾਂ ਦੇ ਕਾਵ ਸੰਗ੍ਰਹਿ ਆ ਦੇਖੋ ਧਿਆਨ ਨਾਲ ਯਾਦ ਕਰਨੀਆਂ ਕਿਉਂਕਿ ਪਹਿਲਾਂ ਪੇਪਰ ਦੇ ਵਿੱਚ ਵੀ ਆ ਚੁੱਕਿਆ ਸੂਰ ਜ਼ਮੀਨ ਬਾਰੇ ਵੀ ਆਇਆ ਹਨੇਰੇ ਵਿੱਚ ਸੂਲਗਦੀ ਵਾਰਨ ਵਾਲਾ ਪੰਜਾਬੀ ਗਜ਼ਲ ਨੂੰ ਯੋਗਦਾਨ ਆਪਨੇ ਪੰਜਾਬੀ ਗਜ਼ਲ ਨੂੰ ਰਾਗਾਤਮਿਕਤਾ ਦੇ ਕੇ ਉਸ ਦਾ ਮਿਆਰ ਵਧਾਇਆ ਹੈ ਗਜ਼ਲ ਦੇ ਹਰ ਸ਼ੇਅਰ ਦੀ ਤਪਸ਼ ਸ਼ਬਦਾਂ ਦੀ ਗਹਿਰਾਈ ਮਨੁੱਖੀ ਮਨੁਭਾਵਾਤਮਕ ਤੌਰ ਤੇ ਝੰਝੋੜਦੀ ਹੈ ਤੇ ਉਹਨਾਂ ਦੀ ਗਜ਼ਲ ਹੈ ਜਿਹੜੀ ਉਹ ਸੁਖਮ ਭਾਵਾਂ ਵਾਲੇ ਸ਼ੇਅਰ ਅੰਦਰ 1973 ਨੂੰ ਟੁੰਬਦੇ ਤੇ ਹਿਰਨੀ ਦੀ ਚਾਲ ਵਾਂਗੂ ਚੁੰਗੀਆਂ ਭਰਦੇ ਹਨ ਪੰਜਾਬੀ ਗਜ਼ਲ ਨੂੰ ਉਰਦੂ ਦੇ ਪ੍ਰਭਾਵ ਤੋਂ ਮੁਕਤ ਕਰਕੇ ਇੱਕ ਆਧੁਨਿਕ ਤੇ ਪੰਜਾਬੀ ਰੰਗ ਵਾਲੀ ਪਛਾਣ ਦਵਾਨ ਦਾ ਸਿਹਰਾ ਆਪ ਨੂੰ ਜਾਂਦਾ ਹੈ ਦੇਖੋ ਉਰਦੂ ਦੇ ਪ੍ਰਭਾਵ ਤੋਂ ਮੁਕਤ ਕੀਤਾ ਇਹਨਾਂ ਨੇ ਆ ਪੰਜਾਬੀ ਗਜ਼ਲ ਨੂੰ ਜਿਵੇਂ ਦੇਖੋ ਕੁਛ ਕਿਹਾ ਤਾਂ ਹਨੇਰਾ ਜਾਰੇਗਾ ਕਿਵੇਂ ਚੁੱਪ ਰਿਹਾ ਤਾਂ ਸ਼ਮਾਂਦਾਨ ਕੀ ਕਹਿਣਗੇ ਗੀਤ ਦੀ ਮੌਤ ਇਸ ਰਾਤ ਜੇ ਹੋ ਗਈ ਮੇਰਾ ਜੀ ਨਾ ਮੇਰੇ ਯਾਰ ਕਿੰਜ ਸਹਿਣਗੇ ਇਸ ਤਰ੍ਹਾਂ ਦੀਆਂ ਗਜ਼ਲਾਂ ਇਹਨਾਂ ਨੇ ਲਿਖੀਆਂ ਦੇਖੋ ਪਾਤਰ ਨੇ ਪੰਜਾਬੀ ਗਜ਼ਲ ਨੂੰ ਜਿਸ ਮਾਣਯੋਗ ਸਿਖਰ ਤੱਕ ਪਹੁੰਚਾਇਆ ਹੈ ਇਹ ਪੰਜਾਬੀ ਕਾਵਨ ਉਸ ਦੀ ਸਰੰਜੀਵੀ ਦੇਣ ਹੈ ਆਪ ਦੀ ਕਾਵ ਦੀ ਲੋਕਪ੍ਰਿਅਤਾ ਇੰਨੀ ਹੈ ਕਿ ਆਧੁਨਿਕ ਪੰਜਾਬੀ ਕਵਿਤਾ ਵਿੱਚ ਉਹ ਸਭ ਤੋਂ ਅधिक ਪੜੇ ਤੇ ਸਤਕਾਰੇ ਜਾਣ ਵਾਲੇ ਚਰਚਿਤ ਸ਼ਾਇਰ ਹਨ ਸਭ ਤੋਂ ਅधिक ਪੜੇ ਲਿਖਿਆਂ ਦੇ ਵਿੱਚ ਵੀ ਉਹਨਾਂ ਦਾ ਨਾਮ ਆਉਂਦਾ ਤੇ ਸਭ ਤੋਂ ਜ਼ਿਆਦਾ ਸਤਕਾਰੇ ਜਾਂਦੇ ਆ ਸਰਜੀਤ ਪਾਤਰ ਜੀ ਤਾਂ ਇਹ ਸੀ ਸਰਜੀਤ ਪਾਤਰ ਜੀ ਬਾਰੇ ਜਾਣਕਾਰੀ ਵੀਡੀਓ ਨੂੰ ਧਿਆਨ ਨਾਲ ਦੇਖੋ ਤੇ ਯਾਦ ਕਰੋ ਜੇ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾਓ ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ